पहला तो रब से भरोसा है, रब से भरोसा, तो देश के कानून से भरोसा। बस जिस तरह 88 दिन रहे, किस तरह का लगे सफर, जिस तरह भ्रष्टाचार। देखो गल ये है, आ जिहड़ा बंदा जिथे मैं भी 90 दिन रह के आया हां, इह कोई देश का कानून च है ना, जेल च बाकी बंदे जांदे ने, मैं भी गया, पर इत्थों भी बंदा कोई सिक के निकलदा, मजबूत होके निकलदा है, अपने ते परायां दा पता लगदा है, जिहड़े दबे हुए दुश्मनां दा पता लगदा, ते अपने दा पता लगदा है, ते बाकी रब ते भरोसा है, देश दे कानून ते भरोसा। विरोधी ते नजर नहीं आई नाभा विधानसभा, हुण की विरोधी ते नजर आएगी तुहाडे उत्ते? हां जी, विरोधी धिर दा भूमिका निभाओगे जल्दी ही? क्यों नहीं निभावांगे, ਜੰਮੇ ਵਾਸਤੇ ਪੋਲਿਟਿਕਸ ਚ ਪਹਿਲਾਂ ਤਾਂ ਲੋਕਾਂ ਵਾਸਤੇ ਜਿਉਣਾ, ਲੋਕਾਂ ਵਾਸਤੇ ਮਰਨਾ। 88 ਦਿਨ ਤੋਂ ਕੰਮ ਸਾਡੇ ਦੇਸ਼ ਤੇ ਕਾਨੂੰਨ ਤੇ ਭਰੋਸਾ ਬਸ। ਹਾਂਜੀ, ਜਿਸ ਤਰ੍ਹਾਂ 88 ਦਿਨ ਰਹੇ, ਕਿਸ ਤਰ੍ਹਾਂ ਦਾ ਲੱਗਿਆ ਜੇ ਸਫ਼ਰ ਜਿਹੜਾ ਸੀ, ਜਿਸ ਤਰ੍ਹਾਂ ਭ੍ਰਿਸ਼ਟਾਚਾਰ ਦੋ। ਦੇਖੋ ਗੱਲ ਇਹ ਹੈ, ਆ ਜਿਹੜਾ ਬੰਦਾ ਜਿੱਥੇ ਮੈਂ ਵੀ 90 ਦਿਨ ਰਹਿ ਕੇ ਆਇਆ, ਇਹ ਚ ਕੋਈ ਦੇਸ਼ ਦਾ ਕਾਨੂੰਨ ਚ ਹੈ ਨਾ, ਜੇਲ੍ਹ ਚ ਬਾਕੀ ਬੰਦੇ ਜਾਂਦੇ ਨੇ, ਮੈਂ ਵੀ ਗਿਆ, ਪਰ ਇੱਥੋਂ ਵੀ ਬੰਦਾ ਕੋਈ ਸਿੱਖ ਕੇ ਨਿਕਲਦਾ, मजबूत होके निकलता है, अपने ते परायां दा पता लगता है, जिहड़े दबे हुए दुश्मनां दा पता लगता, ते अपने दा पता लगता है, ते बाकी रब ते भरोसा है, देश दे कानून ते भरोसा। विरोधी धिर नजर नहीं आई नाभा विधानसभा, हुण की विरोधी धिर नजर आएगी तुहाडे उत्ते? हाँ जी, विरोधी धिर दा भूमिका निभाओगे जल्दी ही? क्यों नहीं निभावांगे, जम्मे इहदे वास्ते पॉलिटिक्स च, ਲੋਕਾਂ ਵਾਸਤੇ ਜਿਉਣਾ, ਲੋਕਾਂ ਵਾਸਤੇ ਮਰਨਾ। 88 ਦਿਨ ਤੋਂ ਕੰਮ ਨਹੀਂ ਹੋਇਆ ਨਾਭੇ ਦੇ ਵਿੱਚ, ਇੱਕ ਵੀ ਟਰੀ ਲੱਗੀ, ਕੀ ਕਹੋਗੇ, ਕਿਸ ਤਰ੍ਹਾਂ ਦੀ? ਮੈਂ ਦੇਖੋ ਅੱਜ ਇਹ ਗੱਲਾਂ ਨਹੀਂ ਕਰਨ ਵਾਲੀਆਂ, ਦੱਸ ਅਸੀਂ ਤਾਂ ਕਹਾਂਗੇ ਜਿਹੜੇ ਸਾਡੇ ਪੈਸੇ ਦਿੱਤੇ ਉਹ ਹੀ ਲਾ ਦੇ। ਤੁਹਾਡੇ ਤੇ ਜੋ ਇਲਜ਼ਾਮ ਲਗਾਏ ਨੇ ਕਿਸ ਤਰ੍ਹਾਂ ਦੇਖਦੇ ਤੁਸੀਂ? ਇਹ ਅਦਾਲਤ ਨੇ, ਤੁਸੀਂ ਅਖਬਾਰਾਂ 'ਚ ਪੜ੍ਹ ਲਿਆ, ਬਾਕੀ ਜੋ ਅਦਾਲਤ ਕਾਨੂੰਨ ਦਾ ਇਨਸਾਫ ਹੋਊਗਾ ਸਿਰ ਮੱਥੇ। ਕੀ ਲੱਗਦਾ ਵੀ ਇਕੱਲੇ ਇਕੱਲੇ ਕਰਕੇ ਜਿਹੜੇ ਹੈਗੇ ਸਾਰੇ ਰਾਜਨੀਤਿਕ ਖੁੰਦ ਕੱਢੀ ਜਾ ਰਹੀ ਹੈ? ਕੀ ਲੱਗਦਾ? ਨਹੀਂ, ਮੈਂ ਕਿਸੇ ਬਾਰੇ ਐਵੇਂ ਗਲਤ ਬੋਲਾਂ ਤਾਂ ਕੋਈ ਫਾਇਦਾ ਨਹੀਂ ਹੈ। ਮੈਂ ਸਮਝਦਾ ਕਿ ਸਾਰਿਆਂ ਨੂੰ ਕਾਨੂੰਨ ਦੇ ਦਾਇਰੇ 'ਚ ਰਹਿਣਾ ਚਾਹੀਦਾ। ਪਹਿਲਾਂ ਤਾਂ ਰੱਬ ਤੇ ਭਰੋਸਾ ਹੈ, ਰੱਬ ਤੇ ਭਰੋਸਾ, ਤੇ ਦੇਸ਼ ਤੇ ਕਾਨੂੰਨ ਤੇ ਭਰੋਸਾ ਬਸ। ਹਾਂਜੀ, ਜਿਸ ਤਰ੍ਹਾਂ 88 ਦਿਨ ਰਹੇ, ਕਿਸ ਤਰ੍ਹਾਂ ਦਾ ਲੱਗਿਆ ਜੇ ਸਫ਼ਰ ਜਿਹੜਾ ਸੀ, ਜਿਸ ਤਰ੍ਹਾਂ ਭ੍ਰਿਸ਼ਟਾਚਾਰ ਦੋ। ਦੇਖੋ ਗੱਲ ਇਹ ਹੈ, ਆ ਜਿਹੜਾ ਬੰਦਾ ਜਿੱਥੇ ਮੈਂ ਵੀ 90 ਦਿਨ ਰਹਿ ਕੇ ਆਇਆ, ਇਹ 'ਚ ਕੋਈ ਦੇਸ਼ ਦਾ ਕਾਨੂੰਨ 'ਚ ਹੈ ਨਾ, ਜੇਲ੍ਹ 'ਚ ਬਾਕੀ ਬੰਦੇ ਜਾਂਦੇ ਨੇ, ਮੈਂ ਵੀ ਗਿਆ, ਪਰ ਇੱਥੋਂ ਵੀ ਬੰਦਾ ਕੋਈ ਸਿੱਖ ਕੇ ਨਿਕਲਦਾ, ਮਜ਼ਬੂਤ ਹੋ ਕੇ ਨਿਕਲਦਾ ਹੈ, ਆਪਣੇ ਤੇ ਪਰਾਇਆਂ ਦਾ ਪਤਾ ਲੱਗਦਾ ਹੈ, ਜਿਹੜੇ ਦਬੇ ਹੋਏ ਦੁਸ਼ਮਣਾਂ ਦਾ ਪਤਾ ਲੱਗਦਾ, ਅਤੇ ਆਪਣੇ ਦਾ ਪਤਾ ਲੱਗਦਾ ਹੈ, ਅਤੇ ਬਾਕੀ ਰੱਬ 'ਤੇ ਭਰੋਸਾ ਹੈ, ਦੇਸ਼ ਦੇ ਕਾਨੂੰਨ 'ਤੇ ਭਰੋਸਾ। ਵਿਰੋਧੀ ਧਿਰ ਨਜ਼ਰ ਨਹੀਂ ਆਈ ਨਾਭਾ ਵਿਧਾਨਸਭਾ, ਹੁਣ ਕੀ ਵਿਰੋਧੀ ਧਿਰ ਨਜ਼ਰ ਆਏਗੀ ਤੁਹਾਡੇ ਉੱਤੇ? ਹਾਂਜੀ, ਵਿਰੋਧੀ ਧਿਰ ਦਾ ਭੂਮਿਕਾ ਨਿਭਾਓਗੇ ਜਲਦੀ ਹੀ? ਕਿਉਂ ਨਹੀਂ ਨਿਭਾਵਾਂਗੇ, ਜੰਮੇ ਇਹਦੇ ਵਾਸਤੇ ਪੋਲਿਟਿਕਸ 'ਚ, ਲੋਕਾਂ ਵਾਸਤੇ ਜਿਉਣਾ, ਲੋਕਾਂ ਵਾਸਤੇ ਮਰਨਾ। 88 ਦਿਨ ਤੋਂ ਕੰਮ ਨਹੀਂ ਹੋਇਆ ਨਾਭੇ ਦੇ ਵਿੱਚ, ਇੱਕ ਵੀ ਟਰੀ ਲੱਗੀ, ਕੀ ਕਹੋਗੇ, ਕਿਸ ਤਰ੍ਹਾਂ ਦੀ?